ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਜਲਵਾਨ। ਨਵੀਂ ਭਰਤੀਆਂ ਹਰ ਵਿਭਾਗ ਦੇ ਵਿਚਕਾਰ ਹੋ ਰਿਹਾ, PSPSC ਦੇ ਵਿਚਕਾਰ ਜੇ ਹੈ 1311 ਭਰਤੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਤੁਹਾਡਾ ਨਾਂ ਕੀ ਹੈ, ਕਿੱਥੋਂ ਆਏ ਹੋ? ਮੇਰਾ ਨਾਂ ਗੁਰਵਿੰਦਰ ਸਿੰਘ, ਮੈਂ ਅੰਮ੍ਰਿਤਸਰ ਤੋਂ ਆਇਆ। ਅੱਛਾ, ਤੁਸੀਂ CM ਸਾਹਿਬ ਨਾਲ ਗੱਲਬਾਤ ਕੀਤੀ, ਕਿਹੋ ਜਿਹਾ ਫੀਲ ਹੋਇਆ? ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ 'ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ। ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਮੈਂ ਆਪਣੀ ਫੋਰਸ ਕੋ ਬਧਾਈ ਦੇਤਾ ਹੂੰ ਕਿ ਉਹਨਾਂ ਨੇ ਆਪਣੀ ਜਾਨ ਜੋਖਮ ਮੇਂ ਡਾਲ ਕਰ ਪਤਾ ਨਹੀਂ ਕਿਤਨੇ ਘਰੋਂ ਕੇ ਚੂਲੋਂ ਕੀ ਆਗ ਜੋ ਬੁਝਨੇ ਵਾਲੀ ਥੀ ਉਸਕੋ ਬਚਾ ਲਿਆ। ਮੈਂ 3.25 ਕਰੋੜ ਲੋਕੋਂ ਕੀ ਸੁਰੱਖਿਆ ਕੀ ਗਾਰੰਟੀ ਲੇਤਾ ਹੂੰ, ਮੇਰਾ ਕੰਮ ਹੈ, ਕਿਉਂਕਿ ਮੁਝੇ ਇਤਨਾ ਪਿਆਰ ਦਿਆ ਆਪਣੇ, ਇਤਨਾ ਪਿਆਰ ਦਿਆ, ਅਬ ਜ਼ਿੰਮੇਦਾਰੀ ਮੇਰੀ ਹੈ, ਆਪਨੇ ਆਪਣਾ ਫਰਜ਼ ਨਿਭਾ ਦਿਆ, ਅਬ ਫਰਜ਼ ਨਿਭਾਉਣੇ ਕੀ ਬਾਰੀ ਮੇਰੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ AGTF ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ, ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ, ਪੰਜਾਬ 'ਚੋਂ ਹੋ ਰਿਹਾ ਅਪਰਾਧ ਦਾ ਸਫਾਇਆ। ਪਹਿਲਾਂ ਕਦੇ ਸੋਚਿਆ ਸੀ ਕਿ ਕਦੇ ਮੈਂ CM ਸਾਹਿਬ ਨਾਲ ਗੱਲਬਾਤ ਕਰੂੰਗਾ ਜੋ ਪੰਜਾਬ ਦੇ ਨੇ ਆਪਣੇ ਸੂਬੇ ਦੇ? ਮੈਮ, ਇੱਕ ਸੁਪਨੇ ਵਾਂਗੂ ਲੱਗ ਰਿਹਾ ਹੈ। ਕੀ ਪਹਿਲੇ ਤੋਂ ਤਿਆਰ ਕਰਕੇ ਆਏ ਸੀ? ਮੈਂ ਇਹ ਬੋਲਣਾ ਹੈ ਕਿ ਉਸੇ ਵੇਲੇ ਮੈਮ ਤੁਸੀਂ ਸਪੀਚ ਸੁਣੀ ਹੋਣੀ ਮੇਰੇ, ਇੱਕ ਵਾਰੀ ਸਮਝ ਹੱਥ ਕੰਬ ਰਹੇ ਗੱਲ ਕਰਦੇ ਆ। ਅੱਛਾ, ਤੇ ਕੀ ਕਹਿਣਾ ਚਾਹੋਗੇ ਹੁਣ, ਕਿਹੋ ਜਿਹਾ ਫੀਲ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿਚਕਾਰ ਕੀ ਕੁਝ ਕਰਨਾ, ਬਿਹਤਰੀ ਕਰਨਾ ਚਾਹੋਗੇ? ਕਿਉਂਕਿ ਜਿੰਨੀ ਵਾਰ ਵੀ ਨੌਕਰੀਆਂ ਮਿਲਣੀ, ਜਦ ਤੋਂ ਮਿਲਿਆ ਕਈ 2 ਵਾਰ ਲੈ ਰਿਹਾ, 3 ਵਾਰ ਲੈ ਰਿਹਾ, ਤੇ ਹੁਣ ਕੀ ਹੈ? ਮੈਮ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿਚਕਾਰ ਕੀ ਕੁਛ ਅਗਲੀ ਨੌਕਰੀ ਵਾਸਤੇ ਵੀ ਤਿਆਰੀ ਕਰੋਗੇ ਕਿ ਇਹੀ ਮਿਲ ਗਈ ਤੇ ਇਸ ਦੇ ਵਿਚਕਾਰ ਹੀ ਰਹੋਗੇ? ਮੈਮ ਅਗਲੀ ਵਾਸਤੇ ਤਿਆਰੀ ਕਰਾਂਗੇ ਮੈਮ, SDO ਵਾਸਤੇ ਤਿਆਰੀ ਕਰਾਂਗੇ ਮੈਮ, ਜਿੱਦਾਂ ਉਹ ਮੈਡਮ ਕਿਹਾ ਉਹਨਾਂ ਨੂੰ ਪੁੱਛਾਂਗੇ ਕਿਸ ਤਰੀਕੇ ਨਾਲ ਤਿਆਰੀ ਕੀਤੀ ਹੋਈ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਬਹੁਤ ਸਾਰੇ ਅਜਿਹੇ ਨੌਜਵਾਨ ਜੋ ਪਹਿਲੀ ਵਾਰ CM ਨਾਲ ਗੱਲਬਾਤ ਕਰ ਰਹੇ ਸੀ, ਕਹਿੰਦੇ ਸਾਨੂੰ ਧੜਕਣਾ ਤੇਜ਼ ਸੀ ਲੇਕਿਨ ਪਰਿਵਾਰ ਦੇ ਵਿਚਕਾਰ ਪਹਿਲੀ ਨੌਕਰੀ ਮਿਲੀ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ, ਆਉਣ ਵਾਲੇ ਦਿਨਾਂ ਦੇ ਵਿਚਕਾਰ ਹੋਰ ਪੜ੍ਹਾਈ ਕਰਕੇ ਅਜਿਹੇ ਨੌਕਰੀ ਕਰਨਗੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਦੈਨਿਕ ਸਵੇਰਾ TV। ਮੈਂ ਹਾਂ ਨੀਰੂ ਜਲਵਾਨ। ਨਵੀਂ ਭਰਤੀਆਂ ਹਰ ਵਿਭਾਗ ਦੇ ਵਿਚਕਾਰ ਹੋ ਰਿਹਾ, PSPSC ਦੇ ਵਿਚਕਾਰ ਜੇ ਹੈ 1311 ਭਰਤੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਤੁਹਾਡਾ ਨਾਂ ਕੀ ਹੈ, ਕਿੱਥੋਂ ਆਏ ਹੋ? ਮੇਰਾ ਨਾਂ ਗੁਰਵਿੰਦਰ ਸਿੰਘ, ਮੈਂ ਅੰਮ੍ਰਿਤਸਰ ਤੋਂ ਆਇਆ। ਅੱਛਾ, ਤੁਸੀਂ CM ਸਾਹਿਬ ਨਾਲ ਗੱਲਬਾਤ ਕੀਤੀ, ਕਿਹੋ ਜਿਹਾ ਫੀਲ ਹੋਇਆ? ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਤੋਂ ਪਹਿਲਾਂ ਕਦੇ ਸੋਚਿਆ ਸੀ ਕਿ ਕਦੇ ਮੈਂ CM ਸਾਹਿਬ ਨਾਲ ਗੱਲਬਾਤ ਕਰੂੰਗਾ ਜੋ ਪੰਜਾਬ ਦੇ ਨੇ ਆਪਣੇ ਸੂਬੇ ਦੇ? ਮੈਮ, ਇੱਕ ਸੁਪਨੇ ਵਾਂਗੂ ਲੱਗ ਰਿਹਾ ਹੈ। ਕੀ ਪਹਿਲੇ ਤੋਂ ਤਿਆਰ ਕਰਕੇ ਆਏ ਸੀ? ਮੈਂ ਇਹ ਬੋਲਣਾ ਹੈ ਕਿ ਉਸੇ ਵੇਲੇ ਮੈਮ ਤੁਸੀਂ ਸਪੀਚ ਸੁਣੀ ਹੋਣੀ ਮੇਰੇ, ਇੱਕ ਵਾਰੀ ਸਮਝ ਹੱਥ ਕੰਬ ਰਹੇ ਗੱਲ ਕਰਦੇ ਆ। ਅੱਛਾ, ਤੇ ਕੀ ਕਹਿਣਾ ਚਾਹੋਗੇ ਹੁਣ, ਕਿਹੋ ਜਿਹਾ ਫੀਲ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿਚਕਾਰ ਕੀ ਕੁਛ ਕਰਨਾ, ਬਿਹਤਰੀ ਕਰਨਾ ਚਾਹੋਗੇ? ਕਿਉਂਕਿ ਜਿੰਨੀ ਵਾਰ ਵੀ ਨੌਕਰੀਆਂ ਮਿਲਣੀ, ਜਦ ਤੋਂ ਮਿਲਿਆ ਕਈ 2 ਵਾਰ ਲੈ ਰਿਹਾ, 3 ਵਾਰ ਲੈ ਰਿਹਾ, ਤੇ ਹੁਣ ਕੀ ਹੈ? ਮੈਮ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿਚਕਾਰ ਕੀ ਕੁਛ
ਅਗਲੀ ਨੌਕਰੀ ਵਾਸਤੇ ਵੀ ਤਿਆਰੀ ਕਰੋਗੇ ਕਿ ਇਹੀ ਮਿਲ ਗਈ ਤੇ ਇਸ ਦੇ ਵਿੱਚ ਕਰੀ ਰਹੋ? ਮੈਮ ਅਗਲੀ ਵਾਸਤੇ ਤਿਆਰੀ ਕਰਾਂਗੇ ਮੈਮ, ਐਸਡੀਓ ਵਾਸਤੇ ਤਿਆਰੀ ਕਰਾਂਗੇ ਮੈਮ। ਜਿੱਦਾਂ ਉਹ ਮੈਡਮ ਕਿਹਾ, ਉਹਨਾਂ ਨੂੰ ਪੁੱਛਾਂਗੇ ਕਿਸ ਤਰੀਕੇ ਨਾਲ ਤਿਆਰੀ ਕੀਤੀ ਹੋਈ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਬਹੁਤ ਸਾਰੇ ਅਜਿਹੇ ਨੌਜਵਾਨ ਜੋ ਪਹਿਲੀ ਵਾਰ ਸੀਐਮ ਨਾਲ ਗੱਲਬਾਤ ਕਰੇ ਸੀ, ਕਹਿੰਦੇ ਸਾਨੂੰ ਤੜਕਣਾ ਤੇਜ਼ ਸੀ ਲੇਕਿਨ ਪਰਿਵਾਰ ਦੇ ਵਿਚਕਾਰ ਪਹਿਲੀ ਨੌਕਰੀ ਮਿਲੀ ਹੈ ਅਤੇ ਬਹੁਤ ਖੁਸ਼ੀ ਦੀ ਗੱਲ ਹੈ। ਆਉਣ ਵਾਲੇ ਦਿਨਾਂ ਦੇ ਵਿਚਕਾਰ ਹੋਰ ਪੜ੍ਹਾਈ ਕਰਕੇ ਅਜਿਹੇ ਨੌਕਰੀ ਕਰਨਗੇ। ਕੈਮਰਾਮੈਨ ਜੱਗੀ ਦੇ ਨਾਲ ਨੀਰੂ ਬਿਜਰਵਾਨ, ਦੈਨਿਕ ਸਵੇਰਾ ਟੀਵੀ।